ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਇਸ ਟਾਈਮ UK ਹਨ ਅਤੇ ਉੱਥੇ ਉਹ ਸਿੱਧੂ ਮੂਸੇਵਾਲੇ ਦੀ ਬਰਸੀ ਕਰਕੇ ਰੱਖੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੇ ਹਨ ਅਤੇ ਸਿੱਧੂ ਦੇ ਚਾਹੁਣ ਵਾਲੇ ਹੋਰ ਵੀ ਜਿੱਥੇ ਕਿਤੇ ਉਹਨਾਂ ਨੂੰ ਇਨਵਾਈਟ ਕਰ ਰਹੇ ਹਨ ਉਹ ਉੱਥੇ ਜਾ ਰਹੇ ਹਨ ਅਤੇ ਹੁਣ ਮਾਤਾ ਚਰਨ ਕੌਰ ਨੇ ਬਾਪੂ ਬਲਕੌਰ ਸਿੰਘ ਦੇ UK ਜਾਣ 'ਤੇ ਕਿਸੇ ਵਿਅਕਤੀ ਵੱਲੋਂ ਕਹੇ ਘਟੀਆ ਸ਼ਬਦ ਦਾ ਖੁਲਾਸਾ ਕੀਤਾ ਹੈ। ਮਾਤਾ ਚਰਨ ਕੌਰ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਮੈਨੂੰ ਮੈਸੇਜ ਕਰਕੇ ਕਿਹਾ ਕਿ ਸਿੱਧੂ ਦਾ ਪਿਤਾ ਤਾਂ ਕਾਲੀ ਦਾੜ੍ਹੀ ਕਰਕੇ ਤੁਰ UK ਤੁਰਿਆ ਫਿਰਦਾ, ਜਿਵੇਂ ਉਸ ਨੇ ਦੂਸਰਾ ਵਿਆਹ ਕਰਵਾਉਣਾ ਹੋਵੇ। ਇਸ ਗੱਲ ਦਾ ਜਵਾਬ ਮਾਤਾ ਚਰਨ ਕੌਰ ਨੇ ਵੀ ਸਿੱਧੂ ਮੂਸੇਵਾਲਾ ਦੇ ਗੀਤ ਨਾਲ ਹੀ ਦਿੱਤਾ। ਇੱਕ ਹੋਰ ਗੱਲ, ਮੈਨੂੰ ਕਿਸੇ ਮੁੰਡੇ ਨੇ ਵਿਚਾਰੇ ਨੇ ਮੈਸੇਜ ਭੇਜਿਆ, ਉਹਦੇ ਦਾੜਾ ਸਜਾਇਆ ਹੋਇਆ ਬਾਈ ਦੇ, ਵੱਡਾ ਸਾਰਾ ਮੁੰਡਾ ਤਾਂ ਹੋਊਗੀ 60-65 ਸਾਲ ਦੀ ਉਮਰ ਦਾ ਹੋਊਗੀ। ਉਹ ਕਹਿੰਦਾ ਇਹ ਤਾਂ ਕਾਲੀ ਦਾੜ੍ਹੀ ਕਰੀ ਫਿਰਦਾ, ਬਾਹਰਲੇ ਦੇਸ਼ਾਂ 'ਚ ਫਿਰਦਾ, ਮੈਨੂੰ ਐਂ ਲੱਗਦਾ ਸ਼ਾਇਦ ਦੂਜਾ ਵਿਆਹ ਨਾ ਕਰਵਾਏ, ਇਹ ਭਰਾਵਾਂ ਨੇ ਬਹੁਤੋਂ ਡਰ। ਦੂਜਾ ਵਿਆਹ ਤਾਂ ਇੱਥੇ ਜਿਹਦੇ 23-24 ਸਾਲ ਦੇ ਜਵਾਕ ਉਹ ਕਰਾ ਰਹੇ ਨੇ, ਜੇ ਇਹ ਕਰਾ ਲਓ ਫਿਰ ਐਡੀ ਕੋਈ ਵੱਡੀ ਕੋਈ ਕੁਛ ਕੋਈ ਮਾੜਾ ਹੋ ਜੂਗਾ। ਪਰ ਸ਼ੁਭ ਦੀ ਪੁੱਛੀ ਗੱਲ ਗਾਣਿਆਂ 'ਚ ਵੀ ਦੱਸ ਗਿਆ ਵੀ ਸਾਡੇ ਲਾਣੇ ਨਿਆਣੇ ਸੁੱਚਿਆਂ ਦੇ, ਸਾਡੀ ਮਿਰਚੀ ਰਾਂਝੇ ਜਾਂਦੀ, ਅਸੀਂ ਉਹ ਲਾਣੇ ਹਾਂ ਵੀ ਜਿਹੜੀ ਸਾਨੂੰ ਇੰਨੀ ਕੁ ਤਮੀਜ਼ ਹੈਗੀ ਹੈ। ਬਹੁਤ ਦੁੱਖ ਹੁੰਦਾ ਇਹ ਗੱਲਾਂ ਸੁਣ ਕੇ, ਕਿਉਂਕਿ ਸਾਡੇ ਤਾਂ ਭਾਂਬੜ ਮੱਚਦੇ ਆ ਭਰਾਵੋ, ਇੱਕੋ ਹੀ ਜਵਾਕ ਆ, ਉਹ ਵੀ ਅਸੀਂ ਦਰਿੰਦਿਆਂ ਨੇ ਮਾਰ ਦੇਣਾ, ਰੱਬ ਦੀ ਕਰੀ ਹੁੰਦੀ ਤਾਂ ਚੱਲ ਅਸੀਂ ਸੰਭਲ ਜਾਂਦੇ ਆ, ਕਹਿੰਦੇ ਵੀ ਚਲੋ ਕੋਈ ਗੱਲ ਨਹੀਂ, ਸਾਡੇ ਨਾਲ ਕਿਹੜਾ ਨਵੀਂ ਹੋਈ ਆ, ਪਰਮਾਤਮਾ ਸਾਡੇ ਨਾਲ ਵੀ ਦੁਖੀ ਹੋਏ ਬੈਠੇ ਹੋਣ ਕਿੱਥੇ, ਅਸੀਂ ਉਸ ਚੀਜ਼ ਨੂੰ ਮਨ ਸਮਝਾ ਲੈਂਦੇ। ਪਰ ਹੁਣ ਇਹਨਾਂ ਨੇ ਕਰ ਵੀ ਦਿੱਤੀ, ਉਹਨੂੰ ਮੰਨਣ ਨੂੰ ਤਿਆਰ ਵੀ ਨਹੀਂ ਵੀ ਇਹ ਬਰਦਾਸ਼ਤ ਨਹੀਂ ਹੁੰਦਾ। ਅਸੀਂ ਸਰਕਾਰ ਨੂੰ ਸਮੇਂ ਸਮੇਂ ਤੇ ਯਾਦ ਕਰਾਉਂਦੇ ਰਹਾਂਗੇ, ਕਿਤੇ ਇਹ ਗੱਪ ਛੜਪ ਮਾਰ ਕੇ ਕਹਿ ਦੇਣ ਵੀ ਹਾਂਜੀ ਸਿੱਧੂ ਦਾ ਪਰਿਵਾਰ ਤਾਂ ਟੇਕ ਕੇ ਬਹਿ ਗਿਆ, ਤੇ ਉਹਨਾਂ ਨੂੰ ਅਸੀਂ ਇਨਸਾਫ਼ ਦੇ ਤਾ, ਇਨਸਾਫ਼ ਜਿੰਨਾ ਚਿਰ ਮਾਸਟਰ ਰੈਂਟ ਨਹੀਂ ਫੜੇ ਜਾਂਦੇ ਸਾਡਾ ਕੋਈ ਇਨਸਾਫ਼ ਨਹੀਂ।